ਡੇਰਾ ਕੀ ਹੁੰਦਾ ਪਹਿਲੀ ਗੱਲ ਤਾਂ ਤੁਹਾਨੂੰ ਜਾਣਾ ਨਹੀਂ ਚਾਹੀਦਾ ਜਾਉਣਾ ਤਾਂ ਹਰਿਮੰਦਰ ਸਾਹਿਬ ਜਾਓ ਸ਼ੀਦਾ ਦੇ ਜਾਓ ਗੁਰੂ ਘਰ ਜਾਓ ਗੁਰੂ ਗ੍ਰੰਥ ਸਾਹਿਬ ਜੀ ਕੋਲ ਜਾਓ ਮੈਂ ਨਾ ਦੁਨੀਆ ਚ ਤੁਰਾਂ ਤਾਂ ਨਾ ਦੁਨੀਆ ਦਾ ਮੇਰਾ ਕੋਈ ਰੌਲਾ ਮੇਰਾ ਤਾਂ ਰੌਲਾ ਮੁਕਾਇਆ ਹੋਇਆ ਮੇਰਾ ਤਾਂ ਰੌਲਾ ਹੈ ਹੀ ਨਹੀਂ ਮੈਂ ਤਾਂ ਉਹ ਸਿੱਧੀ ਗੱਲ ਹੈ ਹੁਣ ਸਾਧੂ ਸੰਤ ਕਹਿੰਦਾ ਲੱਤਾਂ ਘਟਾਈ ਜਾਂਦਾ ਬੀਬੀਆਂ ਤੋਂ ਸਿਰ ਤੇ ਚੌਰ ਹੁੰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਮਣੇ ਪਿਆ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਛੱਤ ਨਹੀਂ ਚੰਗੀ ਆਪ ਪਾਇਆ ਵੇ ਮਹਿਲ ਮਖਮਲ ਤੇ ਗੱਦੇ ਤੇ ਬੈਠਾ ਤੇ ਲੋਕੀ ਆ ਕੇ ਮੱਥੇ ਟੇਕਦੇ ਤੇ ਗੁਰਬਾਣੀਆਂ ਸੁਣਾਉਂਦਾ ਤੇ ਲੋਕਾਂ ਦੀਆਂ ਗੱਲਾਂ ਸੁਣਾਉਂਦਾ ਤੇ ਚੀਦਾ ਸਿੰਘਾਂ ਦੀਆਂ ਗੱਲਾਂ ਸੁਣਾਉਂਦਾ ਤੇ ਗੁਰੂਆਂ ਦੀਆਂ ਗੱਲਾਂ ਸੁਣਾਉਂਦਾ। ਤਾਂ ਅੱਗੇ ਤਬੀਤ ਕਰਦਾ ਤੇ ਗੱਡੀਆਂ 15 ਲੱਖ ਦੀ 20 ਲੱਖ ਦੀ ਜ਼ਮੀਨ ਕਿਸੇ ਦੀ ਕਹਿਣ ਨੂੰ ਭੈਣ ਕਹਿਣ ਨੂੰ ਧੀ ਤੇ ਰਾਤ ਨੂੰ ਮੰਜੇ ਤੇ ਇਹ ਵੀ ਇੱਕ ਸਾਧੂ ਸੰਤ ਨੇ ਬਾਬਾ ਜੀਤ ਸਿੰਘ ਜੀ ਮਹਾਰਾਜ ਮੈਂ ਤਖ਼ਰ ਨੂੰ ਨਹੀਂ ਮਿਲਿਆ ਪਰ ਸੁਣਿਆ ਹੰਸਾਲੀ ਵਾਲੇ ਉਹ ਜਦ ਕਦੇ ਮੱਥਾ ਨਹੀਂ ਸੀ ਕਹਿੰਦੇ ਟਕਾਉਂਦੇ ਜੀ ਕਹਿੰਦੇ ਅਰਦਾਸ ਕਰੋ ਭਾਈ ਗੁਰੂ ਗੋਬਿੰਦ ਸਿੰਘ ਜੀ ਕੋਲ ਆਪੇ ਠੀਕ ਹੋ ਜਾਓਗੇ ਉਹਨਾਂ ਦੇ ਵਿਚਾਰਿਆਂ ਦੇ ਲੋਕਾਂ ਦੀਆਂ ਜਿਹੜੀਆਂ ਦਰਦ ਵੀ ਆਪਣੇ ਸਿਰ ਤੇ ਲੈ ਲੈਣੇ